जुग हो जुग अटल, चबर शतर तख दे मालिक, साहिब सतगुरु गुरु गरीब नवाज, श्री गुरु ग्रंथ साहिब सच्चे पातशाह जी, सतगुरां दे पावन पवित्र दरबार अंदर सुभायमान जुड़ बैठी समूह सत्संग जीओ, बड़े प्यार सत्कार सहताब जी श्री गुरु ग्रंथ साहिब महाराज जी दी पवित्र हजूरी विच बैठन दा सुभाग समा प्राप्त कर रहे हो। असी हर रोज सतगुरु जी दी कृपा नाल दर्शन दीदार करदिया होया सतगुरां दे अमृत बचनां दी लड़ीवार शब्द दी विचार श्रवण करदे हां। अज जो शब्द आपां विचारना है असी हुणे ही उस शब्द दा मूल पाठ रल मिल के कीता है जी। ये पावन पवित्र शब्द 361 अंक ते सुभायमान है। श्री गुरु अमरदास महाराज जी का उचारण किया हुआ बचन है जी। इस अमृत बचन नूं अज दे इन्हां दीवाना विच विचारिया जाएगा। सतगुरु जी आप विच वरत के जिवें महाराज चाहुंदे आ उन्हां ने शब्द उचारण किया। जो गल समझाउण लई पातशाह जी इस शब्द नूं गाउंदे आ इस शब्द नूं उचारण करदे आ फिर पंचम पातशाह ने दर्ज किया है ओ सिद्धांत ओ सिख्या साढ़े हिरदे घर विच वसे। ऐसे महाराज कृपा करन तुसीं सब जुड़ियो आओ सतगुरां दे चरणां दा तरीए ध्यान, रसना नूं करो पवित्र प्यार, अदब सहित आखो जी सतनाम श्री साहिब जियो। फिर करो कृपा उचारण करो जी सतनाम श्री हिब जियो। महाराज जी का अमृत वचन है आसा महला तीजा। मेरा प्रभ साचा गहर गंभीर कि जेड़ा मेरा परमात्मा है जिस परमात्मा दे नाल दा होर कोई नहीं है। क्योंकि जदों साचा शब्द आ गया साचे तो भाव है सच, वो परमात्मा ही साचा है, उही सच्चा है, उहदा नाम ही सच है। गुरु अमरदास महाराज राग आसा विच कह रहे आ मेरा प्रभ साचा जेड़ा मेरा परमात्मा है, मेरा मालक है, जेदा मैं नाम ध्याउना हाँ,
ਜਿਹਨੂੰ ਮੈਂ ਮੰਨਦਾ ਹਾਂ, ਜਿਸ ਮਾਲਕ ਤੋਂ ਬਗੈਰ ਮੈਂ ਹੋਰ ਕਿਸੇ ਦਰ ਤੇ ਜਾਂਦਾ ਨਹੀਂ। ਹਜ਼ੂਰ ਆਖਦਿਆ ਪਹਿਲੀ ਗੱਲ ਤੇ ਉਹ ਸਾਚਾ ਹੈ। ਜਦੋਂ ਸਾਚਾ ਸ਼ਬਦ ਆਉਂਦਾ, ਇਹਦਾ ਅਰਥ ਸੱਚ ਝੂਠ ਵਾਲਾ ਨਹੀਂ ਹੈ। ਇਹਦਾ ਅਰਥ ਹੈ ਹਮੇਸ਼ਾ ਦੁਨੀਆ ਤੇ ਅਟਲ ਰਹਿਣ ਵਾਲਾ, ਜੋ ਹਮੇਸ਼ਾ ਦੁਨੀਆ ਤੇ ਕਾਇਮ ਹੈ, ਜਿਹਨੂੰ ਮਹਾਰਾਜ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਹੁਣ ਜਿਹਦੇ ਚਾਰ ਗੱਲਾਂ ਗਈਆਂ ਨੇ ਵੀ ਆਦ ਸੱਚ ਹੈ, ਜੁਗਾਦ ਹੈ, ਹੈਪੀ ਹੈ ਨਾ, ਹੋਸੀ ਪੀ ਹੈ, ਉਹ ਕੌਣ ਹੈ? ਉਹ ਇੱਕ ਓਅੰਕਾਰ ਹੈ, ਉਹ ਇੱਕ ਓਅੰਕਾਰ ਦੀ ਗੱਲ ਹੋਈ ਹੈ, ਹੋਰ ਕਿਸੇ ਦੇਵੀ ਦੇਵਤੀ ਦੀ ਗੱਲ ਨਹੀਂ ਹੋਈ। ਉਹ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕੀਤੀ ਹੈ ਗੁਰੂ ਅਮਰਦਾਸ ਮਹਾਰਾਜ ਨੇ। ਤੇ ਉਹ ਆਖਦਿਆ ਭਾਈ ਮੇਰਾ ਪਰਮਾਤਮਾ ਤੇ ਸੱਚ ਹੈ, ਤੇ ਉਹਦੇ ਤੋਂ ਬਗੈਰ ਦੁਨੀਆ ਤੇ ਸੱਚ ਹੈ ਹੀ ਕੋਈ ਨਹੀਂ। ਬਾਕੀ ਜਿੰਨੇ ਵੀ ਵੱਡੇ ਵੱਡੇ ਤਾਕਤਵਰ ਦੇਵੀ ਦੇਵਤੇ ਹੋਏ ਆ, ਸਿੱਧ ਹੋਇਆ, ਜੋ ਆਪਣੇ ਆਪ ਨੂੰ ਵੱਡੇ ਗੁਰੂ ਅਖਵਾਉਂਦੇ ਰਹੇ ਆ, ਆਖਦਿਆ ਉਹ ਤੇ ਭਾਵੇਂ ਹਜ਼ਾਰ ਸਾਲ ਉਮਰ ਹੋਵੇ, ਕਈ ਹਜ਼ਾਰਾਂ ਸਾਲ ਉਮਰਾਂ ਹੋਣ, ਪਰ ਇੱਕ ਨਾ ਇੱਕ ਦਿਨ ਉਹਨਾਂ ਨੂੰ ਨਿਸ਼ਤਾ ਨਬੋਧ ਹੋਣਾ ਹੀ ਪੈਂਦਾ, ਇੱਕ ਵਾਰ ਉਹਨਾਂ ਨੂੰ ਜਾਣਾ ਹੀ ਪੈਂਦਾ। ਇੱਥੇ ਤੇ ਮਾਰਕੰਡੇ ਰਿਸ਼ੀ ਵਰਗੇ ਨਹੀਂ ਰਹੇ, ਜਿਨ੍ਹਾਂ ਦੀ ਉਮਰ ਹੀ ਪਤਾ ਨਹੀਂ ਕਿੰਨੀ ਸੀ। ਮਹਾਰਾਜ ਸੱਚੇ ਪਾਤਸ਼ਾਹ ਜ਼ਿਕਰ ਕਰਦੇ ਨੇ ਕਿ ਮੇਰੀ ਕੈਰੋ ਕਰਤੇ ਦੁਰਯੋਧਨ ਸਿਪਾਹੀ, ਬਾਹਰ ਹੈ ਜੋਜਨ ਛਤਰ ਚਲੈ ਥਾ ਦੇਹੀ ਗਿਰਜਨ ਖਾਈ। ਇੱਥੇ ਕੌਰਵ ਪਾਂਡਵ ਹੋਏ, ਆਖਦੇ ਸਨ ਯੁਧਿਸ਼ਠਿਰ ਨੂੰ ਧਰਮ ਰਾਜ ਦਾ ਰੂਪ ਕਿਹਾ ਜਾਂਦਾ ਸੀ ਵੀ ਬੰਦਾ ਧਰਮੀ ਹੈ ਪਰ ਉਹ ਨਹੀਂ ਰਿਹਾ ਦੁਨੀਆ ਤੇ। ਅਰਜੁਨ ਵਰਗਾ ਸੂਰਮਾ ਨਹੀਂ ਸੀ ਆਖਦੇ ਕੋਈ, ਭੀਮ ਵਰਗਾ ਕੋਈ ਬਲਸ਼ਾਲੀ ਨਹੀਂ ਸੀ, ਪਰ ਕਿਉਂ ਦੁਨੀਆ ਤੇ ਰਹੇ? ਵਕਤ ਦੀ ਗਰਦਿਸ਼ ਵਿੱਚ ਹਰ ਇੱਕ ਚੀਜ਼ ਸਮਾ ਜਾਂਦੀ ਹੈ। ਕੇਵਲ ਤੇ ਕੇਵਲ ਜਿੰਨੇ ਇਸ ਕੁਦਰਤ ਨੂੰ ਬਣਾਇਆ ਕਾਦਰ ਨੂੰ ਛੱਡ ਕੇ, ਸ੍ਰਿਸ਼ਟੀ ਨੂੰ ਬਣਾਉਣ ਵਾਲੇ ਪਰਮਾਤਮਾ ਨੂੰ ਛੱਡ ਕੇ, ਉਹ ਤੋਂ ਇਲਾਵਾ ਇਸ ਸੰਸਾਰ ਵਿੱਚ ਕੁਝ ਵੀ ਸਾਸੰਗਜ ਸਥਿਰ ਨਹੀਂ ਹੈ, ਕੁਝ ਸਥਿਰ ਨਹੀਂ ਹੈ। ਚਾਹੇ ਕਿੰਨੀ ਵੱਡੀ ਤਾਕਤ, ਸਮਰੱਥਾ, ਕਰਾਮਾਤਾਂ ਕਿਉਂ ਨਾ ਹੋਣ, ਪਰ ਦੁਨੀਆ ਉਹਨੂੰ ਵੀ ਛੱਡਣੀ ਪੈਂਦੀ ਹੈ ਵਕਤ ਪਾ ਕੇ। ਇਸ ਕਰਕੇ ਪਰਮਾਤਮਾ ਹੀ ਸੱਚ ਹੈ, ਉਹ ਸੱਚ ਹੈ, ਉਹ ਤੋਂ ਬਗੈਰ ਹੋਰ ਕੁਝ ਨਹੀਂ। ਮਹਾਰਾਜ ਨੇ ਬਾਣੀ ਵਿੱਚ ਬੜਾ ਪਿਆਰਾ ਸਮਝਾਇਆ। ਸਾਡੇ ਵਰਗਿਆਂ ਨੂੰ ਮਹਾਰਾਜ ਨੇ ਕਹਿ ਦਿੱਤਾ ਅਵਿਨਾਸੀ ਜੀਵਨ ਕੋ ਦਾਤਾ, ਆਖਦਿਆ ਉਹ ਅਵਿਨਾਸੀ ਹੈ, ਉਹ ਉਹਨਾਂ ਜੀਵਾਂ ਨੂੰ ਦਾਤਾ ਦਿੰਦਾ ਜਿਹੜੇ ਨਾਸ਼ਵੰਤ ਨੇ। ਵੱਡੇ ਵੱਡੇ ਬਾਦਸ਼ਾਹਾਂ ਨੂੰ ਤਾਜੋ ਤਖਤ ਦਿੰਦਾ ਹੈ, ਵੱਡੇ ਵੱਡੇ ਸਿੱਧਾਂ ਨੂੰ ਰਿੱਧੀਆਂ ਸਿੱਧੀਆਂ ਦਿੱਤੀਆਂ ਨੇ, ਵੱਡੇ ਵੱਡੇ ਰਿਸ਼ੀਆਂ ਨੂੰ ਅਨੇਕਾਂ ਵੱਡੇ ਵੱਡੇ ਵਰ ਦਿੱਤੇ ਉਹਨੇ, ਦੇਵੀ ਦੇਵਤਿਆਂ ਨੂੰ ਪਰਮਾਤਮਾ ਨੇ ਤਾਕਤਾਂ ਦਿੱਤੀਆਂ, ਲੋਕ ਦਿੱਤੇ। ਪਰ ਆਖਦਿਆ ਜਿੰਨੇ ਵੀ ਸਨ ਉਹ ਰੱਬ ਤੋਂ ਹੇਠਾਂ ਵਾ ਸਾਰੇ, ਉਹ ਤੇ ਮੰਗਦੇ ਆ ਗੁਰੂ ਪਰਮਾਤਮਾ ਦੇ ਅੱਗੇ ਮੰਗਦੇ ਨੇ ਉਹ। ਤਾਂ ਆਖਿਆ ਅਵਿਨਾਸੀ ਜੀਵਨ ਕੋ ਦਾਤਾ, ਜਿਹੜਾ ਅਵਿਨਾਸੀ ਪ੍ਰਭੂ ਹੈ, ਜੋ ਸੱਚ ਹੈ, ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ,
ਉਹਦੇ ਵਿੱਚ ਦੇਵੀ ਦੇਵਤੇ ਗੰਧਰਵ ਨਗ ਅਪਸਰਾਵਾਂ ਸਭ ਕੁਝ ਨੇ, ਸਾਰੀ ਕੁਦਰਤ ਸਾਰਾ ਬ੍ਰਹਿਮੰਡ ਉਹਦੇ ਵਿੱਚ ਆਉਂਦਾ। ਮਹਾਰਾਜ ਆਖਦਿਆ ਇਸ ਕਰਕੇ ਮੇਰਾ ਪਰਮਾਤਮਾ ਸੱਚ ਹੈ ਜੀ, ਉਹ ਸੱਚ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਫਿਰ ਅੱਗੇ ਆਖਦਿਆ ਉਹ ਗਹਿਰ ਵੀ ਬੜਾ ਹੈ, ਡੂੰਘਾ ਬਹੁਤ ਹੈ, ਉਹ ਜਿਵੇਂ ਸਮੁੰਦਰ ਆਖਦੇ ਵੀ ਡੂੰਘਾ ਬਹੁਤ ਹੈ, ਉਹਦਾ ਅੰਤ ਨਹੀਂ ਹੈ, ਪਰ ਸਮੁੰਦਰ ਦਾ ਅੰਤ ਵੀ ਪਾਇਆ ਜਾ ਸਕਦਾ। ਅੱਜ ਸਾਇੰਸ ਨੇ ਇੰਨੀ ਟੈਕਨੋਲੋਜੀ ਕਰ ਲਈ, ਸਮੁੰਦਰ ਦਾ ਉਹ ਤਲ ਲੱਭੀ ਫਿਰਦੇ ਆ ਵੀ ਹਾਂ ਇੰਨਾ ਡੂੰਘਾ ਸਮੁੰਦਰ ਹੈ। ਮਹਾਰਾਜ ਆਖਦੇ ਆ ਸਮੁੰਦਰ ਦਾ ਅੰਤ ਪਾਇਆ ਜਾ ਸਕਦਾ, ਪਰ ਜਿੰਨਾ ਡੂੰਘਾ ਪਰਮਾਤਮਾ ਹੈ ਉਹਦਾ ਅੰਤ ਨਹੀਂ ਹੈ। ਹੁਣ ਤੁਸੀਂ ਇੱਕ ਗੱਲ ਤੋਂ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨਾ ਕੁ ਡੂੰਘਾ ਹੈ। ਜਦੋਂ ਬ੍ਰਹਮਾ ਜਿਸ ਕਮਲ ਦੀ ਫੁੱਲ ਦੀ ਨਾਲੀ ਵਿੱਚੋਂ ਪੈਦਾ ਹੁੰਦਾ, ਜਦੋਂ ਬ੍ਰਹਮੇ ਨੂੰ ਇਹ ਮਾਨ ਹੋ ਜਾਂਦਾ ਵੀ ਮੈਂ ਹੀ ਰੱਬ ਹਾਂ, ਮੈਂ ਹੀ ਸਭ ਕੁਝ ਬਣਾਉਣ ਵਾਲਾ, ਮੇਰੇ ਤੋਂ ਵੱਡਾ ਕੋਈ ਨਹੀਂ ਹੈ, ਉਹ ਡਿੱਗਦਾ ਕਿੱਥੇ? ਉਸੇ ਹੀ ਨਾਲੀ ਵਿੱਚ ਡਿੱਗਦਾ, ਕਮਲ ਦੇ ਫੁੱਲ ਦੀ ਨਾਲੀ ਵਿੱਚ ਡਿੱਗਦਾ ਉਹ। ਤੇ ਆਖਦੇ ਆ ਵੀ ਪਤਾ ਨਹੀਂ ਕਿੰਨੇ ਯੁੱਗ ਲੰਘ ਜਾਂਦੇ ਆ, ਉਹ ਉਸ ਨਾਲੀ ਵਿੱਚੋਂ ਨਹੀਂ ਸੀ ਨਿਕਲ ਸਕਿਆ, ਇੰਨੇ ਯੁੱਗ ਉਹ ਨਾਲੀ ਵਿੱਚ ਹੀ ਫਿਰਦਾ ਰਿਹਾ। ਫਿਰ ਤਰਲੇ ਕਰਦਾ ਪਰਮਾਤਮਾ ਅੱਗੇ, ਮਾਲਕਾ ਮੇਰੇ ਕੋਲੋਂ ਗਲਤੀ ਹੋ ਗਈ ਹੈ, ਮੈਂ ਭੁੱਲ ਕਰ ਬੈਠਾ। ਮਹਾਰਾਜ ਆਖਦਿਆ ਤੂੰ ਮੇਰਾ ਅੰਤ ਪਾਉਣ ਦੀ ਗੱਲ ਕਰਦਾ, ਮੇਰੇ ਵਰਗਾ ਬਣਨ ਦੀ ਗੱਲ ਕਰਦਾ, ਤੂੰ ਤੇ ਮੇਰੇ ਬਣਾਏ ਹੋਏ ਇਸ ਇੱਕ ਛੋਟੇ ਜਿਹੇ ਫੁੱਲ ਦਾ ਨਹੀਂ ਅੰਤ ਪਾ ਸਕਿਆ, ਮੇਰਾ ਅੰਤ ਤੂੰ ਕਿੱਥੋਂ ਪਾ ਲੈਣਾ? ਭਾਵ ਰੱਬ ਦੇ ਬਣਾਏ ਇੱਕ ਕਮਲ ਦੇ ਫੁੱਲ ਦੀ ਨਾਲੀ ਚੋਂ ਨਿਕਲ ਸਕਿਆ, ਇੰਨੇ ਯੁੱਗ ਵਿੱਚ ਫਿਰਦਾ ਰਿਹਾ ਅੱਗੇ ਤੋਂ ਅੱਗੇ, ਇੰਨਾ ਡੂੰਘਾ ਉਹ ਮਾਲਕ। ਮਹਾਰਾਜ ਆਖਦੇ ਉਹਦੇ ਵਰਗਾ ਗਹਿਰ ਕੋਈ ਨਹੀਂ ਹੈ, ਮੇਰਾ ਪ੍ਰਭ ਸਾਚਾ ਗਹਿਰ ਗੰਭੀਰ। ਚਲੋ ਇੱਕ ਤੇ ਅਸੀਂ ਆਮ ਦੁਨਿਆਵੀ ਗੱਲ ਕਰਦੇ ਹਾਂ ਵੀ ਡੂੰਘਾ ਬਹੁਤ ਹੈ, ਡੂੰਘੇ ਤੋਂ ਭਾਵ ਇਹ ਨਹੀਂ ਹੁੰਦਾ ਵੀ ਉਹ ਬਹੁਤ ਗਹਿਰ ਹੈ ਨਾ, ਡੂੰਘੇ ਤੋਂ ਭਾਵ ਹੁੰਦਾ ਵੀ ਪਰਮਾਤਮਾ ਦੀ ਸੋਚ ਕੀ ਹੈ, ਸਾਡੀ ਸੋਚ ਵਿੱਚ ਨਹੀਂ ਆ ਸਕਦੀ, ਉਹ ਕੀ ਸੋਚਦਾ, ਕੀ ਕਰਦਾ, ਉਹਨੇ ਕਿਵੇਂ ਕਰਨਾ, ਕਦੋਂ ਕਰ ਦੇਣਾ, ਇਹ ਅਸੀਂ ਨਹੀਂ ਜਾਣ ਸਕਦੇ। ਅਸੀਂ ਰੱਬ ਦੀ ਇੱਕ ਖੇਡ ਬਾਰੇ ਜਾਣ ਸਕਦੇ ਜੀ, ਕਿਉਂਕਿ ਜੋ ਅਸੀਂ ਸੋਚਦੇ ਹਾਂ ਉਹ ਹੁੰਦਾ ਨਹੀਂ ਹੈ। ਰੱਬ ਦੀ ਸੋਚ ਕੀ ਹੈ? ਰੱਬ ਦੀ ਸੋਚ ਇੱਕ ਪਲ ਵਿੱਚ ਬਦਲ ਜਾਣੀ ਹੈ, ਉਹਦੀ ਸੋਚ ਉਹਦੀ ਕਰਨੀ ਨਾਮੇ ਨੂੰ ਕੋਈ ਜਾਣ ਨਹੀਂ ਸਕਦਾ, ਸਮਝ ਨਹੀਂ ਸਕਦਾ। ਸਾਡੇ ਲਈ ਇੱਕ ਗੁੰਝਲਦਾਰ ਬੁਝਾਰਤ ਹੈ ਉਹ, ਜਿਹਨੂੰ ਅੱਜ ਤੱਕ ਕੋਈ ਬੰਦਾ ਬੁੱਝ ਨਹੀਂ ਸਕਿਆ। ਮਹਾਰਾਜ ਆਖਦੇ ਆ ਇਸ ਕਰਕੇ ਉਹ ਗਹਿਰ ਹੈ, ਡੂੰਘਾ ਹੈ। ਮਨੁੱਖ ਜਿਉਂ ਜਿਉਂ ਉਸ ਪਰਮਾਤਮਾ ਦੇ ਅੰਦਰ ਜਾਂਦਾ ਉਹ ਤਿਉਂ ਤਿਉਂ ਹੋਰ ਗਹਿਰਾ ਹੋਈ ਜਾਂਦਾ, ਤਿਉਂ ਤਿਉਂ ਉਹਨੂੰ ਹੋਰ ਨਵੇਂ ਤੋਂ ਨਵਾਂ ਕੁਝ ਮਿਲਦਾ। ਉਹ ਆਖਦੇ ਵੀ ਜਿਉਂ ਜਿਉਂ ਅੱਗੇ ਆਈ ਜਾਂਦੇ, ਅਸੀਂ ਸੋਚਿਆ ਸੀ ਦੂਜੇ ਕਿਨਾਰੇ ਤੇ ਪਹੁੰਚ ਜਾਵਾਂਗੇ, ਪਰ ਦੂਜਾ ਤੇ ਕਿਨਾਰਾ ਆਉਣ ਦਾ ਨਾਮ ਨਹੀਂ ਲੈਂਦਾ, ਕਿਉਂਕਿ ਦੂਜਾ ਕਿਨਾਰਾ ਆਉਣਾ ਹੀ ਨਹੀਂ ਕਦੇ, ਕਿਉਂਕਿ ਉਸ ਪਰਮਾਤਮਾ ਦਾ ਪਾਰਲਾ ਬੰਨਾ ਹੈ ਹੀ ਨਹੀਂ ਨਾ। ਅਸੀਂ ਜਿੱਥੋਂ ਤੁਰਾਂਗੇ ਉੱਥੋਂ ਬੰਨੇ ਦੀ ਸ਼ੁਰੂਆਤ ਹੋਣੀ ਹੈ, ਕਿਨਾਰੇ ਦੀ, ਤੁਸੀਂ ਜਿੱਥੋਂ ਵੀ ਚੱਲ ਪਵੋ। ਪਰ
ਇੱਕ ਕਿਨਾਰੇ ਤੋਂ ਤੁਰੋਗੇ ਦੂਜਾ ਕਿਨਾਰਾ ਕਦੀ ਲੱਭਣਾ ਹੀ ਨਹੀਂ ਤੁਹਾਨੂੰ। ਤੁਰਦੇ ਰਹੋ ਤੁਰਦੇ ਰਹੋ। ਮਹਾਰਾਜ ਆਖਦੇ ਉਹ ਇਹੋ ਜਿਹਾ ਹੈ, ਗਹਿਰ ਵੀ ਹੈ ਗੰਭੀਰ ਵੀ ਹੈ। ਗੰਭੀਰ ਦਾ ਅਰਥ ਹੁੰਦਾ ਹੈ ਉਹ ਮਾਲਕ ਬੜੇ ਵੱਡੇ ਜਿਗਰੇ ਵਾਲਾ ਹੈ, ਉਹਨੂੰ ਦੁਨੀਆਂ ਕੀ ਕੁਝ ਕਹਿੰਦੀ ਹੈ, ਦੁਨੀਆਂ ਉਸ ਪਰਮਾਤਮਾ ਨੂੰ ਕਿੰਨਾ ਕੁਝ ਗਲਤ ਬੋਲਦੀ ਹੈ, ਪਰ ਉਹ ਇੰਨਾ ਕਾਲਾ ਨਹੀਂ ਪੈਂਦਾ ਵੀ ਇਹਨੇ ਮੈਨੂੰ ਆ ਗੱਲ ਕਹਿ ਦਿੱਤੀ ਇਹਨੂੰ ਹੁਣੇ ਸਬਕ ਸਿਖਾ ਦੇਣੇ ਨੇ। ਉਹ ਬੜੇ ਵੱਡੇ ਜਿਗਰੇ ਵਾਲਾ ਹੈ। ਜਿਗਰੇ ਵਾਲਾ ਹੁੰਦਾ ਵੀ ਉਹਦੇ ਜਿੰਨਾ ਕੁ ਪੇਸ਼ੈਂਸ ਹੈ ਉਹ ਇੰਨਾ ਕੁਝ ਬਰਦਾਸ਼ਤ ਕਰ ਸਕਦਾ। ਹੁਣ ਤੁਸੀਂ ਦੇਖੋ ਸਾਰਾ ਸੰਸਾਰ ਹੈ, ਜੇ ਰੱਬ ਨੂੰ ਮੰਨਣ ਵਾਲਿਆਂ ਤੇ ਨਾਸਤਿਕ ਬੰਦਿਆਂ ਦੀ ਵੀ ਤੇ ਭਰਮਾਰ ਹੈ, ਜੋ ਰੱਬ ਨੂੰ ਮੰਨਦੇ ਨਹੀਂ ਉਹ ਰੱਬ ਨੂੰ ਕਿੰਨਾ ਗਲਤ ਬੋਲਦੇ ਆ, ਕਿੰਨਾ ਮੰਦਾ ਬੋਲਦੇ ਆ। ਬੜੇ ਬੰਦੇ ਆ, ਦਿਨ 'ਚ ਪਤਾ ਨਹੀਂ ਕਿੰਨੀ ਵਾਰ ਰੱਬ ਨੂੰ ਗਾਲਾਂ ਕੱਢਦੇ ਹੋਣਗੇ, ਬੰਦੇ ਰੱਬ ਨੂੰ ਅਪਸ਼ਬਦ ਬੋਲਦੇ ਹੋਣਗੇ, ਪਰ ਪਰਮਾਤਮਾ ਇੰਨਾ ਕੁ ਗੰਭੀਰ ਹੈ, ਉਹ ਸਭ ਕੁਝ ਸਹਾਰਦਾ, ਸਭ ਕੁਝ ਬਰਦਾਸ਼ਤ ਕਰਦਾ। ਬਸ ਇਹ ਗੱਲ ਆਖਦਾ ਕਿ ਮਨੁੱਖ ਮੈਂ ਤੈਨੂੰ ਕਹਿਣਾ ਕੁਝ ਨਹੀਂ, ਤੂੰ ਜੋ ਕੁਝ ਕਰਮ ਕਮਾ ਰਿਹਾ ਬਸ ਤੈਨੂੰ ਤੇ ਕਰਮਾਂ ਦਾ ਫਲ ਦੇਣਾ। ਹੁਣ ਜੇ ਅਸੀਂ ਰੱਬ ਨੂੰ ਮਾੜਾ ਬੋਲਾਂਗੇ ਹੈ ਤੇ ਉਹ ਵੀ ਕਰਮ, ਤੇ ਉਸ ਕਰਮ ਦਾ ਤੇ ਫਲ ਸਾਨੂੰ ਮਿਲੇਗਾ ਨਾ। ਵੇਖੋ ਜੇ ਕੋਈ ਰੱਬ ਨੂੰ ਮਾੜਾ ਬੋਲਦਾ ਰੱਬ ਨੂੰ ਮੰਦਾ ਬੋਲਦਾ ਇੱਕ ਤਰ੍ਹਾਂ ਦਾ ਕਰਮ ਹੈ। ਕਿਵੇਂ? ਜੇ ਰੱਬ ਦੀ ਸਿਫਤ ਸਲਾਹ ਕਰਕੇ ਮੁਕਤ ਹੋਈ ਦੇ ਨਾ, ਤੇ ਰੱਬ ਦੀ ਨਿੰਦਾ ਕਰਕੇ ਰੱਬ ਨੂੰ ਮਾੜਾ ਬੋਲ ਕੇ ਤੁਸੀਂ ਸੋਚੋ ਫਿਰ ਕੀ ਕੁਝ ਮਿਲੇਗਾ ਸਾਨੂੰ। ਜੇ ਰੱਬ ਦੇ ਗੁਣ ਗਾ ਕੇ ਬੰਦਾ ਤਰ ਸਕਦਾ ਹੈ ਤੇ ਰੱਬ ਦੀ ਨਿੰਦਾ ਕਰਕੇ ਉਹਨੂੰ ਕੀ ਮਿਲ ਸਕਦਾ? ਦੇ ਦੋਵੇਂ ਕਰਮ, ਰੱਬ ਦੀ ਸਿਫਤ ਸਲਾਹ ਕਰਨੀ ਵੀ ਕਰਮ ਹੈ ਤੇ ਰੱਬ ਨੂੰ ਮਾੜਾ, ਰੱਬ ਦੀ ਨਿੰਦਾ ਕਰਨੀ, ਰੱਬ ਨੂੰ ਲਾਮੇ ਦੇਈ ਜਾਣੇ, ਇਹ ਵੀ ਇੱਕ ਕਰਮ ਹੈ। ਸਿਆਣੇ ਪੁਰਸ਼ ਤਾਂ ਹੀ ਆਖਦੇ ਆ ਵੀ ਕਦੀ ਵੀ ਭੁੱਲ ਕੇ ਨਾ ਜ਼ਿੰਦਗੀ ਵਿੱਚ ਜੋ ਕੁਝ ਮਰਜ਼ੀ ਹੋ ਜਾਏ ਕਦੀ ਰੱਬ ਨੂੰ ਮਾੜਾ ਸ਼ਬਦ ਮਤ ਬੋਲੋ, ਕਦੀ ਰੱਬ ਨੂੰ ਉਲਾਮਾ ਨਾ ਦਿਓ। ਜੇ ਕਦੇ ਭੁੱਲ ਭੁਲੇਖੇ ਨਾਲ ਤੇਰੀ ਰਸਨਾ ਤੋਂ ਕਦੇ ਪਰਮਾਤਮਾ ਲਈ ਕੋਈ ਅਪ ਸ਼ਬਦ ਵੀ ਨਿਕਲ ਗਿਆ, ਪਤਾ ਨਹੀਂ ਆ ਇੱਕ ਪਲ ਦਾ ਬੀਜਿਆ ਹੋਇਆ ਕਰਮ ਤੈਨੂੰ ਕਿੱਥੇ ਲੈ ਜਾਏ, ਕਿੱਥੇ ਲੈ ਜਾਏ ਤੈਨੂੰ। ਕਿਉਂਕਿ ਜੇ ਇੱਕ ਸਿਫਤ ਦਾ ਸ਼ਬਦ, ਰੱਬ ਦੀ ਇੱਕ ਵਡਿਆਈ ਦਾ ਸ਼ਬਦ ਤੁਹਾਡੀ ਬੰਦ ਖਲਾਸੀ ਕਰਵਾ ਸਕਦਾ ਹੈ ਨਾ, ਤੇ ਰੱਬ ਦੇ ਖਿਲਾਫ ਬੋਲਿਆ ਹੋਇਆ ਇੱਕ ਸ਼ਬਦ ਤੁਹਾਨੂੰ ਜਨਮ ਜਨਮਾਂਤਰਾਂ ਦੇ ਗੇੜ ਵਿੱਚ ਵੀ ਪਾ ਸਕਦਾ ਹੈ। ਇਸ ਕਰਕੇ ਸਤਪੁਰਸ਼ ਮਹਾਤਮਾ ਇਹੀ ਵਚਨ ਕਰਿਆ ਕਰਦੇ ਸਨ ਵੀ ਜਿੰਨਾ ਹੋ ਸਕਦਾ ਕਿਸੇ ਰੱਬ ਦੇ ਪਿਆਰੇ ਨੂੰ ਤੇ ਉਸ ਪਰਮਾਤਮਾ ਨੂੰ ਕਦੀ ਅਪ ਸ਼ਬਦ ਮਾੜਾ ਮਤ ਬੋਲੋ। ਮਹਾਰਾਜ ਕਹਿ ਰਹੇ ਡੂੰਘਾ ਹੈ, ਗੰਭੀਰ ਹੈ, ਬੜੇ ਵੱਡੇ ਜਿਗਰੇ ਵਾਲਾ ਹੈ ਰੱਬ ਮੇਰਾ। ਮੇਰਾ ਪ੍ਰਭ ਸਾਚਾ ਗਹਿਰ ਗੰਭੀਰ, ਸੇਵਤ ਹੀ ਸੁਖ ਸ਼ਾਂਤ ਸਰੀਰ। ਜਦੋਂ ਮੈਂ ਐਸੇ ਪਰਮਾਤਮਾ ਦਾ ਨਾਮ ਜਪਦਾ ਵਾ ਨਾ, ਐਸੇ ਪਰਮਾਤਮਾ ਦੀ ਬੰਦਗੀ ਕਰਦਾ, ਉਸ ਗੁਰੂ ਦੀ ਬਾਣੀ ਨੂੰ ਪੜ੍ਹਦਾ ਹਾਂ, ਆਖਦਿਆਂ ਮੇਰੇ ਨਾ ਤਨ ਮਨ ਵਿੱਚ ਸ਼ਾਂਤੀ ਆ ਜਾਂਦੀ ਹੈ।
ਮੇਰਾ ਮਨ ਤਪਦਾ ਹੋਇਆ ਠੰਡਾ ਠਾਰ ਹੋ ਜਾਂਦਾ, ਮੇਰੇ ਤਨ ਨੂੰ ਵੀ ਇੱਕ ਤਰ੍ਹਾਂ ਦਾ ਸਕੂਨ ਮਿਲ ਜਾਂਦਾ, ਕਿਉਂਕਿ ਉਹਦੇ ਨਾਮ ਵਿੱਚ ਹੈ ਹੀ ਟਿਕਾ। ਸਤਸੰਗ ਜਦੋਂ ਉਸ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ। ਵੈਸੇ ਜੇ ਮਨੁੱਖ ਦੁਨੀਆਂ ਦੇ ਇਸ ਸ਼ੋਰ ਸ਼ਰਾਬੇ ਚੋਂ ਸ਼ਾਂਤੀ ਚਾਹੁੰਦਾ ਨਾ, ਤੇ ਸ਼ਾਂਤੀ ਉਹਨੂੰ ਕੇਵਲ ਤੇ ਕੇਵਲ ਨਾਮ ਵਿੱਚੋਂ ਮਿਲਣੀ ਹੈ, ਬਾਣੀ ਚੋਂ ਮਿਲਣੀ ਹੈ। ਕਿਉਂਕਿ ਸਾਧ ਸੰਗਤ ਜੋ ਨਾਮ ਹੈ, ਬਾਣੀ ਹੈ, ਇਹ ਉਸ ਧੁਰ ਦਰਗਾਹ ਤੋਂ ਆਏ ਹੋਏ ਬਚਨ ਨੇ, ਜਿਸ ਧੁਰ ਦਰਗਾਹ ਵਿੱਚ ਹਮੇਸ਼ਾ ਸ਼ਾਂਤੀ ਰਹਿੰਦੀ ਹੈ, ਜਿੱਥੇ ਟਿਕਾ ਰਹਿੰਦਾ। ਇਹ ਉਸ ਮਾਲਕ ਦੇ ਬੋਲ ਨੇ ਜਿਹੜਾ ਮਾਲਕ ਹਮੇਸ਼ਾ ਟਿਕਿਆ ਹੋਇਆ, ਤੇ ਜਦੋਂ ਉਹਦੇ ਬੋਲ ਸਾਡੇ ਹਿਰਦੇ ਵਿੱਚ ਵਸਣਗੇ ਨਾ ਜੀ, ਤੇ ਕੁਦਰਤੀ ਗੱਲ ਹੈ ਟਿਕਾ ਵਾਲੇ ਦੇ ਬੋਲ ਸਾਡੇ ਅੰਦਰ ਵੀ ਟਿਕਾ ਹੀ ਭਰਨਗੇ। ਇਹ ਕਵੀ ਹੋਇਆ ਪਿਓਖ, ਮੰਨਦਿਆ ਵੀ ਇਹ ਦਰਬਾਰੀ ਰਤਨਾਂ ਵਿੱਚੋਂ ਇੱਕ ਸੀ ਗੁਰੂ ਗੋਬਿੰਦ ਸਿੰਘ ਜੀ ਦੇ। ਇਹਨੇ 4 ਕੁ 17 ਬੜੀਆਂ ਪਿਆਰੀਆਂ ਲਿਖੀਆਂ ਸਨ। ਕਿਸੇ ਨੇ ਪੁੱਛਿਆ ਵੀ ਪਿਓਖ ਸ਼ਾਂਤੀ ਕਿਵੇਂ ਆ ਸਕਦੀ ਹੈ, ਮਨ ਨੂੰ ਟਿਕਾ ਕਿਵੇਂ ਮਿਲ ਸਕਦਾ। ਪਿਓਖ ਨੇ ਆਖਿਆ ਵੀ ਸ਼ਾਂਤੀ, ਲੋਕ ਸ਼ਾਂਤੀ ਲਈ ਪਹਾੜਾਂ ਵਿੱਚ ਵੀ ਜਾਂਦੇ ਆ, ਲੋਕ ਸ਼ਾਂਤੀ ਵਿੱਚ ਸ਼ੋਰ ਸ਼ਰਾਬੇ ਨੂੰ ਛੱਡ ਕੇ ਜੰਗਲਾਂ ਵਿੱਚ ਵੀ ਜਾਂਦੇ ਆ, ਸ਼ਾਂਤੀ ਲਈ ਜਾਂਦੇ, ਥੋੜ੍ਹਾ ਜਿਹਾ ਚੈਨ ਮਿਲੇ, ਸਕੂਨ ਮਿਲਿਆ ਨਾ। ਉਹ ਆਖਦੇ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਤੁਸੀਂ ਬਾਹਰ ਦੀ ਸ਼ਾਂਤੀ ਤੇ ਫਿਰ ਵੀ ਚਲੋ ਲੱਭ ਲਓਗੇ, ਜਿੱਥੇ ਕੋਈ ਸ਼ੋਰ ਸ਼ਰਾਬਾ ਨਾ ਹੋਵੇ। ਪਰ ਜੇ ਤੁਸੀਂ ਅੰਦਰ ਦੀ ਸ਼ਾਂਤੀ ਚਾਹੁੰਦੇ ਹੋ ਨਾ, ਤੁਸੀਂ ਕਿਤੇ ਵੀ ਚਲੇ ਜਾਓ, ਜੇ ਤੁਹਾਡੇ ਅੰਦਰ ਸ਼ੋਰ ਸ਼ਰਾਬਾ, ਉਹ ਹਰ ਥਾਂ ਹੀ ਰਹਿਣਾ। ਵੇਖੋ, ਬਾਹਰ ਦਾ ਸ਼ੋਰ ਸ਼ਰਾਬਾ ਮੈਨੂੰ ਪਹਾੜਾਂ ਵਿੱਚ ਜਾ ਕੇ ਤੇ ਉੱਥੇ ਰੋਲੇ 'ਚੋਂ ਮੈਂ ਨਿਜਾਤ ਪਾ ਲੂੰਗਾ, ਵੀ ਉੱਥੇ ਸ਼ਾਂਤੀ ਆ ਨਾ ਬਾਹਰ ਦੀ। ਪਰ ਜੋ ਮੇਰੇ ਅੰਦਰ ਹੈ, ਮੇਰੇ ਅੰਦਰ ਦੀ ਜਿਹੜੀ ਸ਼ਾਂਤੀ ਆ, ਉਹ ਮੈਨੂੰ ਪਹਾੜਾਂ ਵਿੱਚ ਜਾਂ ਕਿਸੇ ਸੁੰਨਸਾਨ ਥਾਂ ਤੇ ਜਾ ਕੇ ਨਹੀਂ ਮਿਲਣੀ। ਕਿਉਂਕਿ ਜੋ ਮੇਰੇ ਅੰਦਰ ਰੋਲਾ ਪਿਆ ਚੱਲਦਾ ਨਾ, ਵਿਚਾਰਾਂ ਦਾ, ਖਿਆਲਾਂ ਦਾ ਨਾ, ਉਹ ਹਰ ਥਾਂ ਹੀ ਹੈ। ਉਹ ਘਰ ਵਿੱਚ ਵੀ ਸੀ, ਉਹ ਘਰ ਤੋਂ ਬਾਹਰ ਵੀ ਸੀ, ਹਰ ਥਾਂ 'ਤੇ ਹੀ ਹੈ। ਤੇ ਕੋਈ ਪਿਓਖ ਆਖਦੇ ਵੀ ਗੱਲ ਸੁਣ, ਜੇ ਤੂੰ ਅੰਦਰ ਦੀ ਸ਼ਾਂਤੀ ਚਾਹੁੰਦਾ, ਉਹ ਕੇਵਲ ਤੇ ਕੇਵਲ ਗੁਰਬਾਣੀ ਤੇ ਨਾਮ ਵਿੱਚੋਂ ਮਿਲਣੀ ਹੈ। ਜੇ ਅੰਦਰ ਦੀ ਸ਼ਾਂਤੀ ਚਾਹੁੰਦਾ, ਉਹਨਾਂ ਨੇ 4 ਕੁ ਉਦਾਹਰਨਾਂ ਦਿੱਤੀਆਂ ਸਨ। ਉਹ ਆਖਦੇ ਆ, ਜੈਸੇ ਭੋਜਨ ਖਾਏ ਬਿਨ ਭੁੱਖ ਨਹੀਂ ਦੂਰ ਹੋਤ, ਪਿਆਸ ਨਹੀਂ ਦੂਰ ਹੋਤ ਬਿਨਾਂ ਪੀਏ ਪਾਣੀ ਕੇ। ਬੰਦੇ ਨੂੰ ਭੁੱਖ ਲੱਗੇ ਤੇ ਹੁਣ ਭੁੱਖ ਭੋਜਨ ਤੋਂ ਬਗੈਰ ਥੋੜਾ ਮਿਟਣੀ ਹੈ। ਭੁੱਖ ਲੱਗੇ ਬੰਦੇ ਨੂੰ, ਕੋ ਤੈਨੂੰ ਕੱਪੜੇ ਦੇ ਦੀਏ, ਤੈਨੂੰ ਸੋਨਾ ਚਾਂਦੀ ਦੇ ਦੀਏ, ਤੈਨੂੰ ਗੱਡੀ ਦੇ ਦੀਏ, ਤੈਨੂੰ ਕੋਠੀ ਦੇ ਦੀਏ, ਉਹ ਆਖਿਆ ਗਾ ਨਾਲੇ ਭੁੱਖ ਨਹੀਂ ਮਿਟਾਉਣੀ ਮੇਰੀ, ਭੁੱਖ ਮੇਰੀ ਭੋਜਨ ਨਹੀਂ ਮਿਟਾਉਣੀ। ਜੇ ਇਸ ਬੰਦੇ ਨੂੰ ਭੁੱਖ ਲੱਗੀ ਹੈ, ਉਹਦੇ ਪੇਟ ਵਿੱਚ ਕੁਝ ਜਾਏਗਾ ਤਾਂ ਹੀ ਭੁੱਖ ਮਿਟੇਗੀ ਨਾ। ਹੁਣ ਕਿ ਕੋਈ ਬੰਦਾ ਪਿਆਸਾ,
ਤੁਸੀਂ ਪਿਆਸੇ ਨੂੰ ਕੋਈ ਪਾਣੀ ਤੇ ਨਹੀਂ, ਤੈਨੂੰ ਦੌਲਤ ਦੇ ਦਿੰਦੇ ਆ, ਦੱਸ ਕਿੰਨਾ ਚਾਹੀਦਾ ਤੈਨੂੰ, ਕਿੰਨੀ ਮਾਇਆ ਚਾਹੀਦੀ। ਉਹ ਆਖੇਗਾ ਭਾਈ ਦੌਲਤ ਨੇ ਪਿਆਸ ਨੀ ਬੁਝਾਉਣੀ, ਜਿਹੜੀ ਲੋੜ ਹੁਣ ਪਾਣੀ ਦੀ ਆ ਪਾਣੀ ਲਿਆਓ ਇੱਥੇ। ਉਹ ਆਖਦੇ ਜੈਸੇ ਭੋਜਨ ਖਾਏ ਬਿਨ ਭੁੱਖ ਨਹੀਂ ਦੂਰ ਹੋਤ, ਪਿਆਸ ਨਹੀਂ ਦੂਰ ਹੋਤ ਬਿਨਾ ਪੀਏ ਪਾਣੀ ਕੇ, ਚੜੇ ਬਿਨ ਪਾਨ ਅੰਧਕਾਰ ਨਹੀਂ ਦੂਰ ਹੋਤ, ਦਾਰਿਦ ਨਾ ਦੂਰ ਹੋਤ ਬਿਨਾ ਮਿਲੇ ਦਾਨੀ ਕੇ। ਆਖਦਿਆ ਘਰ ਦਾ ਹਨੇਰਾ ਹੋਵੇ ਬੰਦਾ ਦੀਵਾ ਬਾਲ ਕੇ ਲਾਈਟ ਬਲਬ ਔਨ ਕਰਕੇ ਦੂਰ ਕਰ ਲੈਂਦਾ, ਪਰ ਜੇ ਤੁਸੀਂ ਰਾਤ ਦਾ ਹਨੇਰਾ ਦੂਰ ਕਰਨ ਦੀ ਗੱਲ ਕਰੋ ਪੂਰੇ ਵਿਸ਼ਵ ਵਿੱਚ, ਉਹ ਕੇਵਲ ਤੇ ਕੇਵਲ ਸੂਰਜ ਹੀ ਕਰ ਸਕਦਾ। ਸੂਰਜ ਚੜ੍ਹੇਗਾ ਤੇ ਰਾਤ ਦਾ ਹਨੇਰਾ ਖਤਮ ਹੋਣਾ, ਸੂਰਜ ਚੜ੍ਹਨ ਤੋਂ ਬਗੈਰ ਰਾਤ ਦੇ ਹਨੇਰੇ ਨਹੀਂ ਮਿਟਿਆ ਕਰਦੇ। ਆਖਦੇ ਆ ਘਰ ਵਿੱਚ ਗਰੀਬੀ ਹੋਵੇ, ਅੱਤ ਦੀ ਜ਼ਿਆਦਾ ਦਰਿਦਰਤਾ ਹੋਵੇ, ਤੇ ਜੇ ਉਹ ਆਪਣੀ ਦਰਿਦਰਤਾ ਦੂਰ ਕਰਨੀ ਚਾਹੁੰਦਾ, ਉਹਨੂੰ ਫਿਰ ਕੋਈ ਗੁਰੂ ਵਰਗਾ ਦਾਨੀ ਚਾਹੀਦਾ। ਉਂਝ ਬੰਦਾ ਉਹਨੂੰ ਇੱਕ ਮਹੀਨੇ ਦੀ ਗਰੀਬੀ ਦੂਰ ਕਰ ਦੇਗਾ, ਸਾਲ ਦੀ ਸਾਲ ਦਾ ਰਾਸ਼ਨ ਦੇ ਦੇਗਾ, ਦੋ ਸਾਲਾਂ ਦਾ ਦੇ ਦੇਗਾ। ਆਖਦੇ ਆ ਜੇ ਸਾਰੀ ਜ਼ਿੰਦਗੀ ਦੀ ਗਰੀਬੀ ਤੋਂ ਨਿਜਾਤ ਪਾਉਣੀ ਚਾਹੁੰਦਾ, ਉਹਨੂੰ ਫਿਰ ਗੁਰੂ ਵਰਗਾ ਦਾਨੀ ਚਾਹੀਦਾ। ਗੁਰੂ ਵਰਗਾ ਦਾਨੀ ਨਾ ਮਿਲੇ ਉਹਦੀ ਗਰੀਬੀ ਨਹੀਂ ਕੱਟੀ ਜਾ ਸਕਦੀ। ਚੜੇ ਬਿਨ ਭਾਨ ਅੰਧਕਾਰ ਨਹੀਂ ਦੂਰ ਹੋਤ, ਦਾਰਿਦ ਨਾ ਦੂਰ ਹੋਤ ਬਿਨਾ ਮਿਲੇ ਦਾਨੀ ਕੇ, ਜੈਸੇ ਇਸ਼ਟ ਦੇਵ ਰੀਜੈ ਨਹੀਂ ਸ਼ਰਧਾ ਬਿਨਾ। ਆਖਦੇ ਆ ਜਿਵੇਂ ਸ਼ਰਧਾ ਤੋਂ ਬਗੈਰ ਪਰਮਾਤਮਾ ਗੁਰੂ ਨੂੰ ਕਦੀ ਖੁਸ਼ ਨਹੀਂ ਕੀਤਾ ਜਾ ਸਕਦਾ, ਤੇ ਪਿਓ ਖਾਕਦੇ ਉਸੇ ਤਰ੍ਹਾਂ ਦੁਨੀਆਂ ਦੇ ਲੋਕੋ ਤੁਸੀਂ ਮੈਨੂੰ ਪੁੱਛਦੇ ਹੋ ਵੀ ਸ਼ਾਂਤੀ ਕਿਵੇਂ ਮਿਲੇ, ਅੰਦਰ ਦਾ ਟਿਕਾ ਸਕੂਨ ਕਿਵੇਂ ਮਿਲੇ, ਤੇ ਉਹ ਆਖਦੇ ਆ ਫਿਰ ਉਹ ਇੱਕ ਹੀ ਸਾਧਨ ਹੈ, ਤੇ ਆਖਦੇ ਆ ਤੈਸੇ ਪਿਓਖ ਇਸ ਘੋਰ ਕਲੀ ਕਾਲ ਮੈਂ ਸ਼ਾਂਤੀ ਨਾ ਆਵੇ ਬਿਨਾ ਪੜੇ ਗੁਰਬਾਣੀ। ਬਾਣੀ ਨੂੰ ਪੜਨ ਤੋਂ ਬਗੈਰ, ਨਾਮ ਜਪਣ ਤੋਂ ਬਗੈਰ ਤੁਸੀਂ ਅੰਦਰ ਦਾ ਟਿਕਾ ਨਹੀਂ ਲੈ ਸਕਦੇ, ਅੰਦਰ ਦੀ ਸ਼ਾਂਤੀ ਨਹੀਂ ਤੁਹਾਨੂੰ ਮਿਲਣੀ, ਇਹ ਪੱਕੀ ਗੱਲ ਹੈ। ਤੁਸੀਂ ਜੇ ਅੰਦਰ ਦਾ ਸ਼ੋਰ ਸ਼ਰਾਬਾ ਮਿਟਾਉਣਾ ਚਾਹੁੰਦੇ ਹੋ, ਤੁਹਾਨੂੰ ਅਭਿਆਸ ਵਿੱਚ ਬੈਠਣਾ ਪੈਣਾ, ਤੁਹਾਨੂੰ ਬਾਣੀ ਦੇ ਮਨਨ ਵਿੱਚ ਬੈਠਣਾ ਪੈਣਾ, ਤੁਹਾਨੂੰ ਨਿਧਿਆਸਨ ਵਿੱਚੋਂ ਲੰਘਣਾ ਪੈਣਾ। ਉਹਦੇ ਤੋਂ ਬਗੈਰ ਤੁਸੀਂ ਅੰਦਰ ਦੀ ਸ਼ਾਂਤੀ ਨਹੀਂ ਲੱਭ ਸਕਦੇ, ਯਕੀਨਨ ਗੱਲ ਹੈ। ਇਸ ਕਰਕੇ ਮਹਾਰਾਜ ਆਖਦੇ ਆ ਜਦੋਂ ਗੁਰੂ ਦੀ ਸੇਵਾ ਕੀਤੀ ਜਾਂਦੀ ਹੈ, ਉਹਦਾ ਨਾਮ ਜਪਿਆ ਜਾਂਦਾ, ਬਾਣੀ ਪੜੀ ਜਾਂਦੀ ਹੈ, ਫਿਰ ਸੁੱਖ ਸ਼ਾਂਤ ਸਰੀਰ ਹੈ, ਸੇਵਤ ਹੀ ਸੁੱਖ ਸ਼ਾਂਤ ਸਰੀਰ, ਉਸ ਮਾਲਕ ਦੀ ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਮੇਰਾ ਮਨ ਤਨ ਬਿਲਕੁਲ ਸ਼ਾਂਤ ਹੋ ਜਾਂਦਾ। ਇੱਕ ਬਚਨ ਹੋਰ ਮਹਾਰਾਜ ਬਾਣੀ ਵਿੱਚ ਵੀ ਆਖਦੇ ਆ, ਹਜ਼ੂਰ ਆਖਦੇ ਆ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ। ਅੰਦਰ ਦੀ ਸ਼ਾਂਤੀ ਮੈਂ ਉਦੋਂ ਪਾਈ ਹੈ ਜਦੋਂ ਮੈਨੂੰ ਪੂਰਾ ਸਤਿਗੁਰੂ ਮਿਲਿਆ, ਤੇ ਪੂਰਾ ਸਤਿਗੁਰੂ ਮਿਲਿਆ ਤੇ ਉਹਨੇ ਮੈਨੂੰ ਨਾਮ ਦੀ ਦਾਤ ਦਿੱਤੀ ਹੈ। ਜਿਉਂ ਜਿਉਂ ਫਿਰ ਨਾਮ ਜਪਿਆ ਤਿਉਂ ਤਿਉਂ ਅੰਦਰ ਸ਼ਾਂਤੀ ਪ੍ਰਾਪਤ ਹੋਈ ਹੈ, ਮੈਨੂੰ ਟਿਕਾ ਮਿਲਿਆ। ਹੁਣ ਗੁਰੂ ਕਾ ਸਿੱਖ ਕਦੀ ਪਹਾੜਾਂ ਵਿੱਚ ਜਾ ਕੇ ਬੈਠਾ ਅੱਜ ਤੱਕ,
ਕਦੀ ਗੁਰੂ ਕਾ ਸਿੱਖ ਜੰਗਲਾਂ ਵਿੱਚ ਜਾ ਕੇ ਬੈਠੇ ਕਿ ਉਹਦਾ ਮਨ ਸ਼ਾਂਤ ਨਹੀਂ ਸੀ, ਸ਼ਾਂਤ ਸੀ ਉਹਨਾਂ ਦੀ। ਉਹਤੇ ਜੰਗਾਂ ਯੁੱਧ ਵੀ ਕਰਦੇ ਸਨ ਪਰ ਅੰਦਰ ਸ਼ਾਂਤ ਸੀ ਉਹਨਾਂ ਦੀ। ਅੰਦਰ ਇੰਨੇ ਘੁਟਕੇ ਸਨ ਕਿਉਂਕਿ ਬਾਣੀ ਦਾ ਅਭਿਆਸ ਹੀ ਬਹੁਤ ਸੀ ਜੀ ਉਹਨਾਂ ਦਾ, ਅਭਿਆਸ ਇੰਨਾ ਸੀ ਬਾਣੀ ਦਾ ਉਹਨਾਂ ਦੇ। ਯਾਦ ਰੱਖੋ ਸੂਰਮੇ ਜੇ ਮੈਦਾਨੇ ਜੰਗ ਵਿੱਚ ਵੀ ਪਹੁੰਚਦੇ ਸਨ, ਦੁਸ਼ਮਣਾਂ ਨਾਲ ਜੂਝਦੇ ਸਨ, ਪਰ ਅੰਦਰ ਇੰਨਾ ਘੁਟਕਾ, ਅੰਦਰ ਇੰਨੀ ਕੁ ਸਥਿਰਤਾ ਹੁੰਦੀ ਸੀ ਤੇ ਸਾਧ ਸੰਗਤ ਜੀ ਭੱਜਦੇ ਹੋਏ ਦੁਸ਼ਮਣ ਤੇ ਕਦੀ ਵਾਰ ਨਹੀਂ ਸੀ ਕਰਦੇ। ਉਹ ਵਾਰ ਉਹੀ ਨਹੀਂ ਕਰ ਸਕਦਾ ਜਿਹਦੇ ਅੰਦਰ ਟਕਾ ਹੈ, ਉਹੀ ਆਪਣੇ ਸਿਧਾਂਤਾਂ ਨਾਲ ਨਹੀਂ ਸਮਝੌਤਾ ਕਰੇਗਾ। ਇਸ ਕਰਕੇ ਬਾਣੀ ਦਾ ਅਭਿਆਸ ਸੀ ਉਹਨਾਂ ਗੁਰਸਿੱਖਾਂ ਕੋਲ, ਸ਼ਬਦ ਦੀ ਕਮਾਈ ਸੀ ਜੋ ਉਹਨਾਂ ਕੋਲ, ਉਹਨਾਂ ਨੇ ਆਪਣੇ ਅੰਦਰ ਟਿਕਾਏ ਸਨ। ਭਾਈ ਤਾਰੂ ਸਿੰਘ ਵਰਗੇ ਖੋਪਰੀਆਂ ਲਹਾ ਦਿੰਦੇ ਆ, ਟਿਕਾ ਸੀ ਉਹਨਾਂ ਦੇ ਅੰਦਰ। ਨਹੀਂ ਤੇ ਆਰਾ ਚੱਲਦਾ ਹੋਵੇ ਮਣੀ ਸਿੰਘ ਜੀ ਵਰਗਿਆਂ ਤੇ ਸਾਧ ਸੰਗਤ ਜੀ, ਤੁਸੀਂ ਸੋਚੋ ਕਿ ਬੰਦਾ ਘਬਰਾਏਗਾ ਨਹੀਂ। ਬੰਦ ਬੰਦ ਕੱਟਿਆ ਜਾਂਦਾ ਹੋਵੇ ਤੇ ਸਾਧ ਸੰਗਤ ਕੀ ਬੰਦਾ ਘਬਰਾਏਗਾ ਨਹੀਂ, ਪਰ ਘਬਰਾਉਂਦੇ ਹੀ ਨਹੀਂ ਸਾਨੂੰ ਕਿਉਂਕਿ ਅੰਦਰ ਸ਼ਾਂਤੀ ਇੰਨੀ ਕੁ ਸੀ, ਟਕਾ ਇੰਨਾ ਕੁ ਸੀ ਉਹਨਾਂ ਦੇ ਕਿ ਸਰੀਰ ਦੀ ਹਲਚਲ ਤੇ ਉਹਨਾਂ ਨੂੰ ਨਜ਼ਰ ਨਹੀਂ ਸੀ ਆਉਂਦੀ ਸੀ। ਇਸ ਕਰਕੇ ਮਹਾਰਾਜ ਆਖਦੇ ਆ, ਸੇਵਤ ਹੀ ਸੁਖ ਸ਼ਾਂਤ ਸਰੀਰ, ਸ਼ਬਦ ਤਰੇ ਜਨ ਸਹਿਜ ਸੁਭਾਏ। ਜਿਨ੍ਹਾਂ ਨੇ ਸ਼ਬਦ ਨੂੰ ਕਮਾਇਆ, ਸ਼ਬਦ ਨੂੰ ਕਮਾ ਕੇ ਹੀ ਪਵ ਸਾਗਰ ਤੋਂ ਤਰੇ ਆ, ਤੇ ਐਸੇ ਗੁਰਮੁਖਾਂ ਨੂੰ ਸਹਿਜ ਸੁਭਾਏ। ਸਹਿਜ ਸੁਭਾਏ ਤੋਂ ਭਾਵ ਹੈ ਸਹਿਜ ਦਾ ਅਰਥ ਹੁੰਦਾ ਆਤਮਿਕ ਅਡੋਲਤਾ, ਸਹਿਜ ਤੇ ਸੁਭਾਏ ਦਾ ਅਰਥ ਹੈ ਕਿ ਸਤਿਗੁਰੂ ਦੇ ਪ੍ਰੇਮ ਦੇ ਸਦਕਾ। ਜਦੋਂ ਪ੍ਰੇਮ ਨਾਲ ਨਾਮ ਜਪਦੇ ਆ, ਬਾਣੀ ਪੜ੍ਹਦੇ ਆ, ਪਰ ਉਹਨਾਂ ਦੇ ਅੰਦਰ ਸਹਿਜ ਆਉਂਦਾ। ਸਹਿਜ ਦਾ ਸੰਬੰਧ ਬਹੁਤ ਵੱਡਾ ਸ਼ਾਂਤੀ ਨਾਲ ਹੈ। ਸ਼ਾਂਤੀ ਤੇ ਸਹਿਜ ਇਹ ਨਾਲ ਹੀ ਨੇ ਦੋਵੇਂ ਚੀਜ਼ਾਂ ਜੀ। ਮਹਾਰਾਜ ਆਖਦੇ ਆ, ਸ਼ਬਦ ਰਤੇ ਜਨ ਸਹਿਜ ਸੁਭਾਏ। ਫਿਰ ਕਹਿ ਦਿੱਤਾ, ਤਿੰਨ ਕੇ ਹਮ ਸਦ ਲਾਗੇ ਹੈ ਪਾਏ। ਭਾਈ ਮੈਂ ਇਹੋ ਜਿਹੇ ਗੁਰਮੁਖਾਂ ਦੇ ਪੈਰੀ ਪਹਿਨਾ ਵਾ, ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਦਾ ਵਾ, ਜਿਨ੍ਹਾਂ ਨੇ ਆਤਮਿਕ ਅਡੋਲਤਾ, ਅੰਦਰ ਦੀ ਸ਼ਾਂਤੀ ਤੇ ਸਹਿਜ ਨੂੰ ਪ੍ਰਾਪਤ ਕੀਤਾ ਹੋਇਆ। ਤਿੰਨ ਕੇ ਹਮ ਸਦ ਲਾਗੇ ਹੈ ਪਾਏ। ਅਗਲਾ ਬਚਨ ਆਖਦਿਆ, ਜੋ ਮਨ ਰਾਤੇ ਹਰ ਰੰਗ ਲਾਏ, ਤਿਨਕਾ ਜਨਮ ਮਰਨ ਦੁੱਖ ਲਾਥਾ, ਤੇ ਹਰ ਦਰਗਹਿ ਮਿਲੇ ਸੁਪਾਏ। ਮਹਾਰਾਜ ਆਖਦਿਆ, ਜਿਹੜੇ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ, ਉਹ ਇਸ ਨਾਮ ਵਿੱਚ ਇੰਨੇ ਕੁ ਰਤੇ ਜਾਂਦੇ ਆ ਨਾ ਜੀ ਕਿ ਉਹ ਨਾਮ ਤੋਂ ਬਗੈਰ ਹੋਰ ਗੱਲ ਹੀ ਨਹੀਂ ਕਰਦੇ। ਜਿਹੜਾ ਬੰਦਾ ਨਾਮ ਵਿੱਚ ਰਤਿਆ ਜਾਏਗਾ ਨਾ ਜੀ, ਉਹ ਨਾਮ ਦੀ ਹੀ ਗੱਲ ਸੁਣੇਗਾ, ਨਾਮ ਹੀ ਜਪੇਗਾ, ਨਾਮ ਤੋਂ ਬਗੈਰ ਉਹਦੇ ਕੋਲ ਦੂਜੀ ਗੱਲ ਨਹੀਂ ਹੁੰਦੀ ਹੋਰ। ਮਹਾਰਾਜ ਆਖਦਿਆ, ਜੋ ਮਨ ਰਾਤੇ, ਰਾਤੇ ਤੋਂ ਭਾਵ ਹੈ ਵੀ ਉਪਰੋਂ ਉਪਰੋਂ ਨਹੀਂ ਹੈ, ਉਹਦਾ ਅੰਦਰਲਾ ਮਨ ਰਤਿਆ ਗਿਆ, ਅੰਦਰਲਾ ਮਨ ਖੁੱਭ ਗਿਆ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ, ਜਦੋਂ ਮਹਾਰਾਜ ਨੂੰ ਕਿਹਾ ਗਿਆ ਵੀ ਤੁਸੀਂ ਹੇਮਕੁੰਟ ਪਰਬਤ ਤੋਂ ਮ੍ਰਿਤ ਮੰਡਲ ਤੇ ਜਾਣਾ, ਪਾਪ ਵੱਧ ਗਿਆ, ਜਾ ਕੇ ਥੋੜਾ ਜਿਹਾ ਨਾਸ਼ ਕਰੋ ਪਾਪ ਦਾ, ਤੁਹਾਨੂੰ ਜਾਣਾ ਪੈਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਦੁਸ਼ਟ ਦਮਨ ਦੇ ਰੂਪ ਵਿੱਚ ਬੈਠੇ ਸਨ,
ਉਹਨਾਂ ਨੇ ਆਖਿਆ ਪ੍ਰਭੂ ਜੀ ਮੇਰਾ ਜਾਣ ਦਾ ਚਿੱਤ ਨਹੀਂ ਕਰਦਾ, ਮੈਂ ਇੱਥੇ ਠੀਕ ਹਾਂ, ਬੜਾ ਆਨੰਦ ਹੈ ਇੱਥੇ, ਤੁਹਾਡੀ ਬੰਦਗੀ ਵਿੱਚ ਲੀਨ ਆ, ਮੈਂ ਇੱਥੇ ਰਹਿਣਾ। ਰੱਬ ਨੇ ਆਖਿਆ ਨਹੀਂ ਦੁਸ਼ਟ ਦਮਨ, ਤੈਨੂੰ ਜਾਣਾ ਪੈਣਾ, ਤੇਰੇ ਬੀ ਜਾਣ ਤੋਂ ਬਗੈਰ ਗੱਲ ਨਹੀਂ ਬਣਨੀ। ਉੱਥੇ ਮਹਾਰਾਜ ਨੇ ਸ਼ਬਦ ਕਿਹਾ ਸੀ ਵੀ ਚਿੱਤ ਨਾ ਪਿਓ ਹਮਰੋ ਆਵਣ ਕਹਿ ਚੁਬੀ ਰਹੀ ਸੁਰਤ ਪ੍ਰਭ ਚਰਨਨ। ਮੈਂ ਇਹ ਉਹੀ ਹੈ ਕਿ ਜੋ ਮਨ ਰਾਤੇ ਹਰ ਰੰਗ ਲਾਏ, ਜਿਨ੍ਹਾਂ ਦੇ ਮਨ ਰੱਤੇ ਗਏ ਪਾਵ ਉਹਨਾਂ ਦੀ ਸੁਰਤ ਰੱਬ ਵਿੱਚ ਇੰਨੀ ਕੁ ਚੁੱਭ ਜਾਂਦੀ ਹੈ ਕਿ ਉਹ ਸੁਰਤ ਉੱਥੋਂ ਨਿਕਲਦੀ ਹੀ ਨਹੀਂ। ਮਹਾਰਾਜ ਨੇ ਆਖਿਆ ਚੁਬੀ ਰਹੀ ਸੁਰਤ ਪ੍ਰਭ ਚਰਨਨ, ਮੇਰੀ ਸੁਰਤ ਇੰਨੀ ਕੁ ਚੁੱਭ ਗਈ ਹੈ ਜੀ, ਤੁਹਾਡੇ ਚਰਨਾਂ ਵਿੱਚ ਜੁੜੀ ਨਹੀਂ ਹੈ, ਚੁੱਭ ਗਈ ਹੈ। ਤੇ ਆਖਦੇ ਜੀ ਨਹੀਂ ਕਰਦਾ ਇੱਥੋਂ ਨਹੀਂ ਛੱਡਣ ਦਾ। ਫਿਰ ਰੱਬ ਆਖਦਾ ਨਹੀਂ ਤੈਨੂੰ ਮੈਂ ਭੇਜ ਰਿਹਾ, ਤੇਰੀ ਉਹ ਸੁਰਤ ਹਮੇਸ਼ਾ ਕਾਇਮ ਰਹੇਗੀ। ਇਹ ਬਚਨ ਕਿਹਾ ਸੀ ਮਹਾਰਾਜ ਨੇ, ਰੱਬ ਨੇ, ਜਿਹੜੀ ਸੁਰਤ ਇੱਥੇ ਹੇਮਕੁੰਟ ਵਿੱਚ ਜੁੜੀ ਹੋਈ ਹੈ ਨਾ, ਸੁਰਤ ਕਦੀ ਡੋਲੇਗੀ ਨਹੀਂ। ਇਹ ਸੁਰਤ ਆਨੰਦਪੁਰ ਛੱਡਣ ਵੇਲੇ ਵੀ ਟਿਕੀ ਹੋਈ ਸੀ, ਇਹ ਸੁਰਤ ਜਦੋਂ ਪਿਤਾ ਨੂੰ ਸ਼ਹਾਦਤ ਲਈ ਤੁਰਿਆ ਉਦੋਂ ਵੀ ਟਿਕੀ ਸੀ, ਇਹ ਸੁਰਤ ਵੱਡੇ ਪੁੱਤਰ ਆਪਣੇ ਸਾਹਮਣੇ ਸ਼ਹੀਦ ਕਰਵਾ ਕੇ ਵੀ ਟਿਕੀ ਸੀ, ਇਹ ਸੁਰਤ ਮਾਛੀਵਾੜੇ ਦੇ ਜੰਗਲਾਂ ਵਿੱਚ ਕੰਡਿਆਂ ਤੇ ਲੇਟ ਕੇ ਵੀ ਟਿਕੀ ਹੋਈ ਸੀ, ਇਹੀ ਸੁਰਤ ਸਰਹੰਦ ਦੀਆਂ ਨੀਹਾਂ ਵਿੱਚ ਆਪਣੇ ਮਾਸੂਮ ਪੁੱਤਰਾਂ ਨੂੰ ਚਿਣਵਾ ਕੇ ਵੀ ਟਿਕੀ ਹੋਈ ਸੀ। ਇਹ ਥੋੜ੍ਹਾ ਸੀ ਸੁਰਤ ਖਿੰਡ ਗਈ ਹੈ, ਡੋਲ ਗਈ ਹੈ, ਰੱਤਿਆ ਸੀ ਮਨ ਉਹਨਾਂ ਦਾ, ਐਸੇ ਸਨ ਮਹਾਰਾਜ। ਮਹਾਰਾਜ ਕਹਿੰਦੇ ਜੋ ਮਨ ਰਾਤੇ ਹਰ ਰੰਗ ਲਾਏ, ਜਿਨ੍ਹਾਂ ਦੇ ਮਨ ਰੱਬ ਵਿੱਚ ਰੱਤੇ ਗਏ, ਰੰਗ ਵਿੱਚ ਭਿੱਜ ਗਏ, ਉਹ ਕਦੀ ਡੋਲਦੇ ਨਹੀਂ। ਤੇ ਆਖਦੇ ਫਿਰ ਤਿੰਨਕਾ ਜਨਮ ਮਰਨ ਦੁੱਖ ਲਾਥਾ, ਉਹਨਾਂ ਦਾ ਜਨਮ ਮਰਨ ਦਾ ਤੇ ਦੁੱਖ ਸਮਝ ਲਓ ਕੱਟਿਆ ਹੀ ਜਾਂਦਾ ਹੈ, ਕਿਉਂਕਿ ਤੇ ਹਰ ਦਰਗਾਹ ਮਿਲੇ ਸੁਭਾਏ, ਰੱਬ ਦੀ ਦਰਗਾਹ ਵਿੱਚ ਉੱਚੀ ਥਾਂ ਮਿਲਦੀ ਹੈ ਉਹਨਾਂ ਬੰਦਿਆਂ ਨੂੰ ਜੋ ਰੱਤੇ ਜਾਂਦੇ ਆ। ਰਹਾਉ ਸ਼ਬਦ ਚਾਖੈ ਸਾਚਾ ਸਾਧ ਪਾਏ, ਜਿਨ੍ਹਾਂ ਨੇ ਸ਼ਬਦ ਦੇ ਰਸ ਦਾ ਸਵਾਦ ਚੱਖਿਆ ਜੀ, ਉਹੀ ਅਸਲੀ ਆਨੰਦ ਨੂੰ ਪਾਉਂਦੇ ਆ। ਹਰ ਕਾ ਨਾਮ ਮਨ ਵਸਾਏ, ਹਰੀ ਦਾ ਨਾਮ ਉਹਨਾਂ ਦੇ ਹਿਰਦਿਆਂ ਵਿੱਚ ਵੱਸਦਾ। ਹਰ ਪ੍ਰਭ ਸਦ ਰਹਿਆ ਭਰਪੂਰ, ਆਪੇ ਨੇੜਾ ਨੇੜੇ ਆਪੇ ਦੂਰ। ਉਹ ਪਰਮਾਤਮਾ ਜਿਹੜਾ ਸਾਰੀਆਂ ਥਾਵਾਂ 'ਤੇ ਵਿਆਪਕ ਹੈ, ਹਰ ਥਾਂ 'ਤੇ ਆਉ, ਕਈਆਂ ਨੂੰ ਆਪਣੇ ਨੇੜੇ ਲੱਗਦਾ ਹੈ ਤੇ ਕਈਆਂ ਨੂੰ ਆਪਣੇ ਤੋਂ ਦੂਰ ਲੱਗਦਾ ਹੈ, ਤੇ ਨੇੜੇ ਸਭ ਦੇ ਪਰ ਹਰ ਇੱਕ ਨੂੰ ਨਹੀਂ ਨੇੜੇ ਲੱਗਦਾ। ਉਹ ਜਿਹੜੇ ਬੰਦੇ ਪਾਪ ਕਮਾਉਂਦਿਆਂ ਨੂੰ ਨੇੜੇ ਕਿੱਥੇ ਲੱਗਦਾ, ਉਹ ਤੇ ਆਖਦੇ ਰੱਬ ਕਿਹੜਾ ਦੇਖਦਾ ਪਿਆ ਹੈ, ਤੇ ਰੱਬ ਉਹਨਾਂ ਦੇ ਕੋਲ ਹੀ ਅੰਦਰ ਹੀ ਉਹਨਾਂ ਦੇ ਨੇੜੇ ਹੀ ਹੈ, ਪਰ ਅਹਿਸਾਸ ਨਹੀਂ ਉਹਨਾਂ ਨੂੰ। ਤਾਂ ਆਖਿਆ ਆਪੇ ਨੇੜੇ ਆਪੇ ਦੂਰ, ਆਪ ਹੀ ਨੇੜੇ ਹੋ ਰੱਬ ਜੀ, ਆਪ ਹੀ ਦੂਰ ਹੋ। ਆਖਣ ਆਖ ਬਕੈ ਸਭ ਕੋਏ, ਆਪੇ ਬਖਸ਼ ਮਿਲਾਏ ਸੋਏ। ਸੰਸਾਰ ਤੇ ਰੱਬ ਨੂੰ ਆਖਣ ਵਾਲੇ ਬਹੁਤ ਆ, ਭਾਵ ਕਮਾਉਣ ਵਾਲੇ ਨਹੀਂ, ਬਸ ਆਖਣ ਵਾਲੇ, ਉੱਪਰ ਉੱਪਰੋਂ ਕਹਿਣ ਵਾਲੇ। ਆਖਣ ਆਖ ਬਕੈ ਬੜੇ ਉੱਚੀ ਉੱਚੀ ਗੱਲਾਂ ਕਰਦੇ ਆ ਰੱਬ ਦੀਆਂ, ਪਰ ਅੰਦਰ ਕਿਣਕਾ ਵੀ ਟਿਕਿਆ ਨਹੀਂ ਉਹਨਾਂ ਦੇ। ਆਖਣ ਆਖੈ ਬਕੈ ਸਭ ਕੋਏ, ਆਪੇ ਬਖਸ਼ ਮਿਲਾਏ ਸੋਏ। ਇਹ ਤੇ ਮਾਲਕ ਆਪ ਹੀ ਕਿਤੇ ਬਖਸ਼ਿਸ਼ ਕਰੇ ਤੇ ਆਪਣੇ ਨਾਲ ਮਿਲਾਉਂਦਾ,
ਕਹਿਣੇ ਕਥਨ ਨਾ ਪਾਇਆ ਜਾਏ। ਉਹਨੂੰ ਕੇਵਲ ਕਹਿ ਕੇ ਉਹਦਾ ਕਥਨ ਕਰਕੇ ਉੱਚੀ ਉੱਚੀ ਉਹਦਾ ਨਾਮ ਲੈ ਕੇ ਉਹਨੂੰ ਪਾਇਆ ਜਾ ਸਕਦਾ, ਜਿੰਨਾ ਚਿਰ ਉਹਨੂੰ ਕੋਈ ਕਮਾਉਂਦਾ ਨਹੀਂ, ਜਿੰਨਾ ਚਿਰ ਉਹਦੇ ਬਚਨਾਂ ਨੂੰ ਕੋਈ ਮੰਨਦਾ ਨਹੀਂ ਹੈ। ਆਖਦਿਆ ਕਹਿਣੇ ਕਥਨ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨਿਆਏ। ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਉਦੋਂ ਹੁੰਦੀ ਹੈ ਜਦੋਂ ਗੁਰੂ ਦੇ ਬਚਨ ਮੰਨੋਗੇ। ਗੁਰ ਪ੍ਰਸਾਦ ਵਸੈ ਮਨਾਏ, ਫਿਰ ਉਹ ਹਿਰਦੇ ਵਿੱਚ ਟਿਕਦਾ। ਫਿਰ ਅਖੀਰ ਤੇ ਕਹਿੰਦੇ ਆ ਗੁਰਮੁਖ ਵਿੱਚੋਂ ਆਪ ਗਵਾਏ। ਜਿਹੜੇ ਗੁਰੂ ਦੇ ਪਿਆਰੇ ਹੁੰਦੇ ਆ ਉਹਨਾਂ ਨੇ ਆਪਣਾ ਆਪਾ ਗਵਾਇਆ ਹੁੰਦਾ, ਭਾਵ ਹਉਮੈ ਨਹੀਂ ਨਿਮਰਤਾ ਵਿੱਚ ਹੁੰਦੇ ਆ। ਹਰ ਰੰਗ ਰੰਗ ਰਾਤੇ ਮੋਹ ਚੁਕਾਏ, ਰੱਬ ਦੇ ਰੰਗ ਵਿੱਚ ਰੰਗ ਕੇ ਸੰਸਾਰ ਦੇ ਮੋਹ ਵਿੱਚੋਂ ਪਾਸੇ ਹੁੰਦੇ ਆ। ਉਹਨਾਂ ਨੂੰ ਸੰਸਾਰ ਦਾ ਮੋਹ ਸਤਾਉਂਦਾ ਨਹੀਂ ਹੈ, ਪਦਾਰਥਾਂ ਦਾ, ਦੁਨੀਆਂ ਦੇ ਭੋਗ ਵਿਲਾਸ ਦਾ ਬਿਲਕੁਲ ਇਹ ਮੋਹ ਤੋੜਿਆ ਹੁੰਦਾ ਉਹਨਾਂ ਨੇ। ਅਤ ਨਿਰਮਲ ਗੁਰ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਹਨਾਂ ਦੇ ਮਨ ਨਿਰਮਲ ਹੋਏ ਹੁੰਦੇ ਆ। ਤੇ ਮਹਾਰਾਜ ਆਖਦੇ ਆ ਜਿਨ੍ਹਾਂ ਦੇ ਮਨ ਨਿਰਮਲ ਨੇ, ਸਮਝ ਲਓ ਉਹਨਾਂ ਦੀ ਜ਼ਿੰਦਗੀ ਹੀ ਸਬਰੀ ਹੋਈ ਹੈ। ਅਤ ਨਿਰਮਲ ਗੁਰ ਸ਼ਬਦ ਵਿਚਾਰ, ਨਾਨਕ ਨਾਮ ਸਵਾਰਨਹਾਰ। ਹਜ਼ੂਰ ਆਖਦੇ ਉਹਦਾ ਨਾਮ ਹੈ ਜੋ ਤੁਹਾਡੀਆਂ ਜ਼ਿੰਦਗੀਆਂ ਨੂੰ ਸਵਾਰਨ ਵਾਲਾ ਹੈ। ਇਸ ਕਰਕੇ ਨਾਮ ਤੋਂ ਉੱਪਰ ਕੁਝ ਨਹੀਂ ਹੈ ਜੀ, ਨਾਮ ਨਾਲ ਜੁੜੀਏ, ਬਾਣੀ ਨਾਲ ਜੁੜੀਏ, ਇਹੀ ਸਾਡੀ ਜ਼ਿੰਦਗੀ ਦਾ ਮਨੋਰਥ ਹੈ, ਜ਼ਿੰਦਗੀ ਦਾ ਸਾਡਾ ਲਕਸ਼ ਹੈ। ਇਸੇ ਲਈ ਅਸੀਂ ਇਸ ਸੰਸਾਰ 'ਤੇ ਆਏ ਹਾਂ। ਆਓ ਮਹਾਰਾਜ ਕਿਰਪਾ ਕਰਨ, ਥੋੜ੍ਹਾ ਜਿਹਾ ਸਮਾਂ ਆਪਾਂ ਸਿਮਰਨ ਕਰਨਾ ਹੈ। ਸਾਰੇ ਕਿਰਪਾ ਕਰਿਆ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।